ਪਰਮ ਸਰਕਾਰਯੋਗ ਸਾਸੰਗੇ ਜੀ ਰਸਨਾ ਪਵਿੱਤਰ ਕਰੀਏ ਤਿਆਂ ਕੀ ਢਾਂ ਸੀ ਰਿਸਤ ਗੁਰੂ ਪ੍ਰਤਾਪ ਸਿੰਘ ਜੀ ਢਾਂ ਸੀ ਰਿਸਤ ਗੁਰੂ ਜਗਜੀਤ ਸਿੰਘ ਜੀ ਢਾਂ ਸੀ ਰਿਸਤ ਗੁਰੂ ਉਦੇਸ ਸਿੰਘ ਜੀ ਸਾਸੰਗੇ ਜੀ ਅੱਜ ਦੀ ਸਾਖੀ ਦਾ ਸਿਰਲੇਖ ਹੈ ਤਲਵਾਰਾ ਟੋ ਰੱਖਿਆ ਜਿੱਥੇ ਖੰਡੇ ਲਸ ਲਸੇ ਸਾਗਾ ਦੀ ਹੋਏ ਬਹੀਰ ਉਥੇ ਸਤਿਗੁਰੂ ਬੇਲੀ ਚਾਹੀਦਾ ਜਿੱਥੇ ਔਖੀ ਬਣਦੀ ਪੀੜ ਹਾਰਡ ਦਾ ਮਹੀਨਾ ਸੀ ਸੂਰਜ ਚੱਲਦਾ ਚੱਲਦਾ 4 ਘੰਟੇ ਆਪਣੀ ਯਾਤਰਾ ਮੁਕਾਸ ਚੁੱਕਾ ਸੀ ਬਾਬਾ ਕਾਨ ਸਿੰਘ ਮਸਤਾਨਾ ਸਿਰ ਤੇ ਪ੍ਰਸ਼ਾਦੇ ਰੱਖ ਇੱਕ ਹੱਥ ਮਾਲਾ ਇੱਕ ਹੱਥ ਪਸੂਆ ਵਾਸਤੇ ਦਾਣਾ ਫੜੀ ਆਪਣੀ ਖੂਵਾਲ ਜਾ ਰਿਆ ਸੀ ਅਜੀ ਨਹਿਰ ਲੰਗੀ ਤੇ ਬਰੂਟਿਆਂ ਦੇ ਕੋਲ ਰਕੜ ਵਿਚਾਲੇ ਪਹੁੰਚਿਆ ਸੀ ਕਿ ਇੱਕ ਚਮਤਕਾਰ ਨਜ਼ਰੀ ਆਇਆ ਟਿਉ ਟਿਉ ਮਸਤਾਂ ਦੀ ਦੁਨੀਆ ਵਿੱਚ ਜਾ ਪਹੁੰਚਿਆ ਪ੍ਰਸ਼ਾਦੀ ਉਹ ਜਾ ਪਏ ਦਾਣਾ ਧਰਤੀ ਤੇ ਖਿਲਰ ਗਿਆ ਤਨ ਮੇਰਾ ਸਤਿਗੁਰੂ ਤਨ ਤੂੰ ਤਨ ਤੂੰ ਦੀਆਂ ਆਵਾਜ਼ਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਜਦ ਸੂਰਤ ਈਠਾ ਉਤਰੀ ਤਾਂ ਚਾਰ ਚੁਫੇਰੇ ਅੱਗਾਂ ਲੱਗੀਆਂ ਵਿਖਾਈ ਦਿੱਤੀਆਂ ਮਾਈਆਂ ਬੱਚਿਆਂ ਦੇ ਬੁਰੇ ਹਾਲ ਵਿਚਾਰੇ ਸੀਰਾ ਤੇ ਗਠੜੀਆਂ ਚੁੱਕੀ ਇੱਧਰ ਉੱਧਰ ਸਿਰ ਲੁਕਾਈ ਹਿੱਤ ਦੌੜ ਭੱਜ ਕਰ ਰਹੇ ਸਨ ਮਸਤਾਨੀ ਨੇ ਅਰਦਾਸਾ ਸੁਧਿਆ ਏ ਆਗਾਲਪੁਰਕ ਸਾਧੂ ਪ੍ਰਤਾਪ ਸਿੰਘ ਜੀ ਜੀਹਾਂ ਦਾ ਤੂੰ ਹੀ ਰਾਖਾ ਹੈ ਮਿਹਰ ਕਰੋ ਮਿਹਰ ਕਰੋ ਇਤਨੀ ਨੂੰ ਸੰਤਾ ਨਾ ਆਵਾਜ਼ ਸੁਣ ਕੇ ਗੁਰਚਰਨ ਸਿੰਘ ਬਲਵੰਤ ਸਿੰਘ ਮੁਨਸ਼ੀ ਤੇ ਸੁਲੇਮਾਨ ਪੱਜੇ ਆਏ ਬਾਬਾ ਜੀ ਆਪਣੇ ਧਿਆਨ ਨੇ ਤੁਰੇ ਗਏ ਤੇ ਖੂਹ ਤੇ ਜਾ ਕੇ ਸਾਰਿਆਂ ਨੂੰ ਕਿਹਾ ਸਮਾਂ ਨੇੜੇ ਆ ਗਿਆ ਹੈ ਚਲੋ ਸ੍ਰੀ ਭੈਣ ਸਾਹਿਬ ਚਲੀਏ ਇਸ ਗੱਲ ਤੇ ਸਾਰੇ ਰਾਜੀ ਹੋ ਗਏ ਪਰ ਜੈ ਸਿੰਘ ਦੀ ਸਲਾਹ ਕੁਝ ਢਿੱਲੀ ਮੱਠੀ ਸੀ ਚੰਗਾ ਹੋਇਆ ਸਾਧਗੁਰੂਆਂ ਨੇ ਜੈ ਸਿੰਘ ਨੂੰ ਸਮਾਂ ਤੋਂ ਪਹਿਲਾਂ ਹੀ ਆਪਣੇ ਚਰਨਾਂ ਵਿੱਚ ਬੁਲਾ ਲਿਆ ਹੈ ਇੰਨੀ ਦਿਨੀ ਸੋਹਣ ਸਿੰਘ ਜੰਗ ਸਿੰਘ ਵਾਲੇ ਆਪਣੇ ਸਹੁਰੇ ਘਰ ਗਿਆ ਹੋਇਆ ਸੀ ਉਹਦੀ ਸਿੱਖਣੀ ਵੀ ਉੱਥੇ ਹੀ ਸੀ ਭਾਦਰੋ ਚੜੇ ਮਸਤਾਨਾ ਕਾਨ ਸਿੰਘ ਤੇ ਮੰਗਲ ਸਿੰਘ ਉਹਨਾਂ ਨੂੰ ਲੈਣ ਵਾਸਤੇ ਗਏ ਰਾਹ ਵਿੱਚ ਸ਼ਾਮ ਕੋਟ ਮੁਸਲਮਾਨੀ ਪਿੰਡ ਸੀ ਉਸ ਦੇ ਵਿੱਚੋਂ ਲੰਘਣਾ ਸੀ ਸਿੰਘਾਰ ਦਾਸਾ ਸੋਦਿਆ ਟਿਕੂਚ ਘਰ ਦਿੱਤਾ ਪਿੰਡ ਦੇ ਬਾਹਰਵਾਰ ਤਰਖਾਨਾ ਦੀ ਦੁਕਾਨ ਸੀ ਉੱਥੇ ਗੁਲਾਮ ਬੈਠਾ ਸੀ ਉਸ ਕਹਿਆ ਸਿੰਘੋ ਇਧਰੋਂ ਦੀ ਨਾ ਜਾਓ ਇਹ ਰਾ ਖਤਰੀ ਟੂ ਖੱਲੀ ਨਹੀਂ ਬਾਬਾ ਕਾਨ ਸਿੰਘ ਨੇ ਮੰਗਲ ਸਿੰਘ ਨੇ ਦੁੱਜਾ ਰਾ ਫਾੜ ਲਿਆ ਅੱਜ ਸਿਮਰਨ ਬੜਾ ਹੀ ਫੋਰ ਰਿਆ ਸੀ ਰਸਨਾ ਟਕ ਟਕ ਚੱਲ ਰਹੀ ਸੀ ਦੋ ਮਿਲ ਗਏ ਸਨ ਕਿ ਸਰਕੜੇ ਦੇ ਬੁਝਿਆ ਪਿੱਛੋਂ 10 12 ਜਣੇ ਡਾਚੀਆਂ ਆਚਾਰ ਦੇ ਰਿਸੇ ਉਹ ਇਨਾਂ ਨੂੰ ਇਨਾਂ ਨੂੰ ਵੀਖ ਦਿਆਂ ਹੀ ਕਹਿਣ ਲੱਗੇ ਲੋਹਹਾਰੂ ਆ ਗਏ ਮੰਗਲ ਸਿੰਘ ਦੀ ਤੇ ਖਾਨੀ ਹੋ ਗਈ ਪਰ ਮਸਤਾਨੇ ਦੀ ਕੋਠੀ ਕਾਇਮ ਜੀ ਉਸ ਮੁੜ ਨੇਤਰ ਮੁੰਦ ਲਏ ਤੇ ਸਾਗੂ ਪਟਾਪ ਸਿੰਘ ਜੀ ਦੀ ਆਰਾਧਨਾ ਕੀਤੀ ਤੇ ਟੁਰ ਪਏ ਮਗ ਸਤਗੁਰਾਂ ਪਤਾ ਨਹੀਂ ਉਹਨਾਂ ਨੂੰ ਕੀ ਜੜਾਇਆ ਕਿ ਉਹ ਜਦ ਕੋਲੋਂ ਦੀ ਲੰਘਣ ਲੱਗੇ ਤੇ ਉਹਨਾਂ ਹੱਥੀ ਜੋੜੀ ਆਖਿਆ ਬਾਬਾ ਜੀ ਇਧਰ ਨਾ ਜਾਓ ਅੱਗੇ ਅੱਗਾ ਲਗੀਆਂ ਹੋਈਆਂ ਹਨ ਉਹ ਦੂਜੇ ਰਾਹ ਬਹਿ ਗਏ ਤੇ 5 ਵਜੇ ਕੁੱਲ ਮੁਅਕਲ ਪੁੱਜ ਗਏ ਉੱਥੇ ਜੰਗਾ ਤੋਂ ਸਾਰਾ ਪਰਿਵਾਰ ਆਇਆ ਹੋਇਆ ਸੀ ਉਹਨਾਂ ਉਸੇ ਵੇਲੇ ਮੋੜਨ ਦਾ ਪ੍ਰੋਗਰਾਮ ਣਾਲਿਆ ਕੁਝ ਛਕਿਆ ਛਕਾਇਆ ਤੇ ਸੋਹਣ ਸਿੰਘ ਦੇ ਹਰਨਾਮ ਸਿੰਘ ਨੂੰ ਨਾਲ ਲੈ ਮੁੜੇ ਸਟੇਸ਼ਨ 'ਤੇ ਪਹੁੰਚੇ ਟਿਕਟਾਂ ਲਿਆ ਲੀਆਂ ਤੇ ਪਲੇਟਫਾਰਮ 'ਤੇ ਆ ਗਏ ਗੱਡੀ ਆਈ ਗੱਡੀ ਵਿੱਚੋਂ 9 ਗੁੰਡੇ ਉਤਰੇ ਕਿਤੋਂ ਤਾਜਾ ਮਾਲ ਲੁੱਟ ਕੇ ਲਿਆਏ ਹੋ ਇਸਨ ਮੂੰਹ ਨੂੰ ਲਹੂ ਲੱਗਾ ਹੋਇਆ ਸੀ ਤੇ ਅੱਖਾਂ ਵਿੱਚ ਖੂਨ ਚੜਿਆ ਹੋਇਆ ਸੀ ਕਾਗੂ ਰਮਜ਼ਾਨ ਦੀਨਾ ਤੇ ਉਹਨਾਂ ਦੇ ਬਾਕੀ ਸਾਥੀਆਂ ਇਹਨਾਂ ਨੂੰ ਧਕਿਆ ਤਾਂ ਉਹਨਾਂ ਨੂੰ ਲਾਲੀਆਂ ਚੜ ਗਈਆਂ ਬਾਬੇ ਖਾਨ ਸਿੰਘ ਨੂੰ ਹੋਰ ਤਾਂ ਕੁਝ ਨਹੀਂ ਔੜਿਆ ਤੇ ਉਸ ਉਹਨਾਂ ਨੂੰ ਵੇਂਦਿਆਸਾਰ ਅਦਾਸਾ ਸੋਧਿਆ ਹੈ ਵੀ ਠੀਕ ਜਿੱਥੇ ਕੋਈ ਯਾਰ ਬੇਲੀ ਨਾ ਹੋਵੇ ਉੱਥੇ ਸਤਿਗੁਰ ਹੀ ਸਾਥ ਦਿੰਦਾ ਹੈ ਉਹਨਾਂ ਗੁੰਡਿਆਂ ਇਹਨਾਂ ਦੀ ਜਾਮਾ ਤਲਾਸੀ ਲਈ ਮਸਤਾਨੇ ਦੀ ਜੇਬ ਵਿੱਚੋਂ ਮਾਲਾ ਨਿਕਲੀ ਮਾਲਾ ਨੂੰ ਵੇਖ ਉਹ ਹੱਸ ਪਏ ਤੇ ਗਾਗੂ ਨੇ ਕਿਹਾ ਕਰਾਣਾ ਇਹ ਕੀ ਹੈ ਇਹ ਹੈ ਮਾਲਾ ਮੇਰੀ ਤੂਪ ਜਿਸ ਵਿੱਚ 108 ਗੋਲੇ ਪੈਂਦੇ ਹਨ ਤੇ ਇੱਕ ਵੀ ਖਤਾ ਨਹੀਂ ਜਾਂਦਾ ਕਰਾੜੇ ਨੇ ਗਿਆ ਏ ਤੇਰੀ ਮਾਲਾ ਕੀ ਕਰੇਗੀ ਏ ਮੇਰੇ ਗੁਰੂ ਵੱਲੋਂ ਬਖਸ਼ੀ ਹੋਈ ਹੈ ਮੇਰਾ ਗੁਰੂ ਬੜਾ ਹੀ ਡਾਡਾ ਹੈ ਵੇਖ ਲੈਨੇ ਆ ਤੇਰਾ ਗੁਰੂ ਐ ਕਹਿੰਦੇ ਆ ਸੂਨ ਸਿੰਘ ਦੇ ਸਿਰ 'ਚ ਲਾਠੀਆਂ ਮਾਰੀਆਂ ਉਸ ਦੇ ਸਿਰੋਂ ਲਹੂ ਅੱਗਣ ਲੱਗ ਪਿਆ ਪਰ ਪਤਾ ਨਹੀਂ ਬੁੱਢੇ ਮਸਤਾਨੇ ਦੀ ਹੱਡਾਂ ਵਿੱਚ ਕਿੱਥੋਂ ਇੰਨੀ ਸ਼ਕਤੀ ਦਾ ਹੜ ਆ ਗਿਆ ਕਿ ਇਹਨਾਂ ਨੇ ਉਹਨਾਂ ਦੀਆਂ ਦੋ ਲਾਠੀਆਂ ਖੋ ਉਹਨਾਂ ਨੂੰ ਕੁਟਾਪਾ ਝਾੜਿਆ ਪਤਾ ਨਹੀਂ ਸਾਧਗੁਰੂ ਨੇ ਕੀ ਕੌਤਕ ਵਰਤਾਇਆ ਕਿ ਉਹ ਆਪਣਾ ਮਾਲ ਸਬਾਬ ਲੈ ਸਿਰ ਪੈਰਾ ਤੇ ਰੱਖ ਹਰ ਹਰਨ ਹੋ ਗਏ ਸੂਨ ਸਿੰਘ ਉਹਨਾਂ ਦੇ ਪਿੱਛੇ ਗਿਆ ਜਿਸ ਤੇ ਉਹਨਾਂ ਪਿਸਤੌਲ ਦਾ ਫਾਇਰ ਕੀਤਾ ਤੇ ਉਸ ਦੀ ਲੱਤ ਫੱਟੜ ਹੋ ਗਈ ਆ ਇਹ ਮੋਡ ਸਟੇਸ਼ਨ ਤੇ ਆ ਗਏ ਅੱਗੇ ਬਾਬੂ ਮੁਸਲਮਾਨ ਸੀ ਉਸ ਅੰਦਰ ਸਾਧਗੁਰੂ ਪਟਾਪ ਸਿੰਘ ਆਵਸਿਆ ਉਸ ਗਿਆ ਭੱਲੇ ਉਹ ਲੋਕੋ ਇੱਧਰ ਨਾ ਜਾਓ ਇਹ ਸਾਰੇ ਫਾਟਕ ਵਾਲੇ ਪਾਸੇ ਟੁਰ ਬਏ ਰੇਲ ਦੀ ਪਟਰੀ ਦੇ ਨਾਲ-ਨਾਲ ਨਾਲ-ਨਾਲ ਚੱਲ ਰਹੇ ਸਨ ਉਹਨਾਂ ਪਿੱਛੋਂ 5-10 ਮੁਸਲਮਾਨ ਨਿਕਲੇ ਹੱਥਾਂ ਵਿੱਚ ਬਰਛੇ ਤੇ ਕੁਹਾੜੀਆਂ ਸਨ ਉਸ ਵੇਲੇ ਸੂਨ ਸੰਖਿਆ ਤੂੰ ਰੋਜ ਸਤਗੁਰੂ ਸਤਗੁਰੂ ਆਖਦਾ ਥੱਕਦਾ ਨਹੀਂ ਹੁੰਦਾ ਜੇ ਮਾਰੇ ਗਏ ਤੇ ਫਿਰ ਸਤਗੁਰ ਆਉਣਗੇ ਮੁੰਡੇ ਫਿਰ ਸਤਗੁਰ ਆਉਣਗੇ ਮੁੰਡੇ ਦੇ ਤਾਨਾ ਮਾਰਨ ਦੀ ਦੇ ਸੀ ਸਾਗੂ ਪ੍ਰਤਾਪ ਸਿੰਘ یوں ਪ੍ਰਤਾਕ ਹੋਏ ਜਿਵੇਂ ਸਾਹਿਬ ਗੁਰੂ ਗੁਬੇਂ ਸਿੰਘ ਜੀ ਦੇ ਮਰਹੱਟੀ ਰੁਸਤਮ ਰਾਓ ਤੇ ਬਾਲਾਰਾਮ ਨੂੰ ਪੂਨੇ ਦੇ ਕਿਲੇ ਤੋਂ छुਡਾਉਣ ਵੇਲੇ ਹੋਏ ਸਨ ਜਿਵੇਂ ਸਾਧਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਕੇ ਰਾਏ ਸਿੰਘ ਨੂੰ ਸ਼ੇਰ ਤੋਂ ਬਚਾਇਆ ਸੀ ਸਾਧਗੁਰੂ ਪ੍ਰਤਾਪ ਸਿੰਘ ਜੀ ਚਿੱਟੇ ਜਿੱਟੇ ਘੋੜੇ ਤੇ ਚਿੱਟੇ ਦਾੜੇ ਸਹਿਤ ਹੱਥ ਵਿੱਚ ਨੇ ਜਾ ਮਗਰੇ ਮਗਰ ਗੁਪਤ ਫੌਜਾਂ ਤਿਆਰ ਵਰਤਾਰ ਪਟੜੀ ਤੇ ਆਦਰਸ਼ਨ ਦਿੱਤੇ ਹਜ਼ੂਰ ਨੇ ਲਲਕਾਰਾ ਮਾਰਿਆ ਖਬਰਦਾਰ ਖਬਰ ਦੀ ਆਵਾਜ਼ ਸੁਣਦੇ ਹੀ ਬਾਜੀ ਤੋਬਾ ਤੋਬਾ ਕਰਦੇ ਸਿਰ ਤੇ ਪੈਰ ਰੱਖ ਉੱਠ ਦੌੜੇ ਮਸਤਾਨੀ ਨੂੰ ਸੰਬੋਧਨ ਕਰਦੇ ਆਪਵਿੱਤਰ ਮੁਖਾਰਬਿੰਦੋ ਫੁਰਮਾਇਆ ਤੁਸੀਂ ਘਬਰਾਓ ਨਹੀਂ ਤੁਹਾਡਾ ਕੋਈ ਵੀ ਵਾਲਵਿੰਗਾ ਨਹੀਂ ਕਰ ਸਕਦਾ ਤੁਸੀਂ ਕੁੱਲ ਮੁਅਕਲ ਚਲੇ ਜਾਓ ਇਤਨਾ ਬਚਨ ਕਰਕੇ 사드ਗੁਰਜੀ ਅਲੋਪ ਹੋ ਗਏ ਇਹ ਤੀਨੇ ਜਣੇ ਮੁੜ ਆਪਣੇ ਸਾਥੀਆਂ ਨਾਲ ਆਰਲੇ ਇਹ ਕੋਰ ਸਾਖੀ ਹੈ ਵੀ ਵੀ ਸਦੀ ਦੇ ਕਬੀਰ 사ਗੂ ਪਟਾਪ ਸਿੰਘ ਜਿਹਦੇ ਚਰਣਾ ਦੇ ਭਾਰੇ ਸੰਤ ਮੀਹਾ ਸਿੰਘ ਪੁੱਤਰ ਫਤੇ ਸਿੰਘ ਜਿਲ੍ਹਾ ਸਿਆਲਕੋਟ ਵਿੱਚ ਰਹਿੰਦੇ ਸਨ ਹਰ ਸਿੱਖ ਨੂੰ ਸਤਗੁਰੂ ਰਾਮ ਸਿੰਘ ਜੀ ਦਾ ਰੂਪ ਜਾਣਦੇ ਆਏਗੇ ਸਾਡੀ ਸੇਵਾ ਤਨੋਂ ਮਨੋਂ ਹੋ ਕੇ ਕਰਦੇ ਕਿਸੇ ਨੂੰ ਵੀ ਨਿਰਾਸ਼ ਹੋ ਕੇ ਨਾ ਜਾਣ ਦਿੰਦੇ ਪਤਾ ਨਹੀਂ ਮਸਤਾਨਾ ਵਸਾਵਾ ਸਿੰਘ ਨੂੰ ਕੀ ਪ੍ਰੇਰਣਾ ਹੋਈ ਕਿ ਉਹ ਮੀਹਾ ਸਿੰਘ ਕੋਲ ਗਿਆ ਤੇ ਅੱਖ ਲਗਾ ਮੀਹਾ ਸਿੰਘ ਮੈਨੂੰ ਆਪਣੀ ਸਿੱਖਣੀ ਦੇ ਦੇ ਅੱਜ ਦੇ ਯੁੱਗ ਅਜਿਹੀ ਮੰਗ ਕਰਨ ਵਾਲੇ ਦੀ ਜੋ ਦੂਰਦ੍ਰਿਸ਼ਾ ਹੁੰਦੀ ਹੈ ਉਹ ਉਹੀ ਜਾਣ ਸਕਦਾ ਹੈ ਪਰਸਨ ਮੀਆ ਸਿੰਘ ਨੇ ਇੱਕ ਵੀਰ ਦੀ ਸਾਖੀ ਸਿੱਧ ਕਰ ਦਿੱਤੀ ਉਸ ਨੇ ਚੋਰ ਤੇ ਪਰਉਪਕਾਰ ਕਰਦਿਆਂ ਬਾਹਰ ਨੂੰ ਕਹਿ ਦਿੱਤਾ ਸੀ ਕਿ ਇੱਥੇ ਕੋਈ ਚੋਰ ਨਹੀਂ ਆਇਆ ਇਹ ਲੋਈ ਹੈ ਇਹ ਕਮਾਲਾ ਤੇ ਕਮਾਲੇ ਦੀ ਘਰ ਵਾਲੀ ਹੈ ਇਹ ਮੇਰੀ ਧੀ ਹੈ ਤੇ ਇਹ ਮੇਰਾ ਜਵਾਈ ਹੈ ਧੀ ਵੀ ਹੀ ਮੀਆ ਸਿੰਘ ਬਿਨਾ ਚੀਜ਼ਾ ਕਾ ਤਨ ਭਾਗ ਮੇਰੀ ਸਿੱਖਣੀ ਹਾਜ਼ਰ ਹੈ ਜਾ ਬੀਸ਼ਨਕੌਰ ਨੂੰ ਲੈ ਜਾ ਬੀਸ਼ਨਕੌਰ ਦੁੱਧ ਰੀ ਡਕ ਰਹੀ ਸੀ ਮੀਆ ਸਿੰਘ ਆਪਣੀ ਸਿੱਖਣੀ ਕੋਲ ਗਿਆ ਤੇ ਆਖਿਆ ਬੀਸ਼ਨਕੋਰੀ ਤੂੰ ਉਸਤਾਲੇ ਨਾਲ ਜਾ ਤੇ ਜੋ ਆਗਿਆ ਕਰੇ ਉਹ ਮੰਨ ਬੀਸ਼ਨਕੌਰ ਵੀ ਨੇਕ ਦੁੱਧ ਦੀ ਪਾਲੀ ਸੀ ਉਸ ਕੋਈ ਹੀਲ ਹੁਜਤ ਜਾਂ ਨਾ ਨੁਕਰ ਨਾ ਕੀਤੀ ਤੇ ਅੱਗੇ ਲਾਗ ਟੂਰੀ ਅੱਗੇ ਅੱਗੇ ਵਸਾਵਾ ਸਿੰਘ ਟੀਮਾ ਘਰਮਗਰ ਬੀਸ਼ਨਕੌਰ ਪਿੰਡੋਂ ਬਾਹਰ ਕੋਈ ਮਿਲ ਗਏ ਹੋਣਗੇ ਕਿ ਮਸਤਾਨੀ ਨੂੰ ਹੁਸ਼ ਆ ਗਈ ਉਸ ਸਮਝਿਆ ਮੈਂ ਕੋਰ ਪਾਪ ਕੀਤਾ ਹੈ ਵਸਾਵਤ ਸਿੰਘ ਨੇ ਹੱਥ ਜੋੜ ਕੇ ਆ ਭੈਣ ਤੂੰ ਮੈਨੂੰ ਬਖਸ਼ ਮੇਰੀ ਮੱਤ ਤੇ ਪਰਦਾ ਮਹਿ ਗਿਆ ਹੈ ਤੈਨੂੰ ਘਰੋਂ ਲੈ ਆਂਦਾ ਤੂੰ ਆਪਣੇ ਘਰ ਜਾ ਕੇ ਪਤੀ ਦੀ ਸੇਵਾ ਕਰ ਇਕਨ੍ਹੇ ਅਭਿਸ਼ਣ ਘੋਰ ਦੇ ਪੈਰਾਂ ਤੇ ਹਾਉ ਕੇ ਪਰ ਲਗਾ ਅਗੋ ਬਿਸ਼ਣ ਘੋਰ ਕਹੇ ਮੈਨੂੰ ਮੇਰੀ ਗੁਰਦੇ ਪਤਨੀ ਤੋਰਿਆ ਹੈ ਮੈਂ ਤੁਹਾਡੇ ਨਾਲ ਜਾਵਾਂਗੀ ਬੀਸ਼ਨਕੌਰ ਮੁੜੇ ਨਾ ਮਸਤਾਨਾ ਖੜੇ ਨਾ ਦੋਵੇਂ ਰਹੀ ਜਾਣ ਉਧਰ ਜਦ ਮੀਆ ਸਿੰਘ ਦੇ ਭਰਾਵਾਂ ਨੂੰ ਪਤਾ ਲੱਗਾ ਕਿ ਵਸਾਵਾ ਸਿੰਘ ਨੇ ਸਾਡਾ ਨੱਕਵਾੜ ਦਿੱਤਾ ਹੈ ਉਹਨਾਂ ਡਾਂਗਾ ਚੁਕਲੀਆਂ ਤੇ ਬੀਸ਼ਨਕੌਰ ਮਗਰ ਦੌੜ ਪਏ ਪਰ ਜਦ ਮੀਲ ਕੁ ਬਾਹਰ ਆਏ ਤਾਂ ਦੋਹਾਂ ਨੂੰ ਵਰਲਾਪ ਕਰਦੇ ਆ ਇੱਕ ਦੂਜੇ ਦੇ ਪੈਰਾਂ ਤੇ ਹੱਥ ਧਰੀ ਵਿਖਿਆ ਇਹ ਕਰੂਣਾ ਮਈ ਨਜ਼ਾਰਾ ਵੇਖ ਕੇ ਉਹਨਾਂ ਦੀਆਂ ਉਲਰੀਆਂ ਡਾਂਗਾ ਨੀਂਹਾਂ ਹੋ ਗਈਆਂ ਉਹਨਾਂ ਦੀ ਵਿਥਿਆ ਸੁਣ ਮੀਹਾ ਸਿੰਘ ਦੇ ਭਰਾਵਾਂ ਦੇ ਵੀ ਗਲੇ ਡੂ ਪਾਰਾ ਹੈ ਬਸਾਵਾ ਸਿੰਘ ਬਿਸ਼ਨ ਘਰ ਨੂੰ ਖੜੇ ਨਾ ਖੜੇ ਨਾ ਖੜੇ ਨਾ ਬਿਸ਼ਨ ਘਰ ਘਾਰਾ ਹੈ ਨਾ ਅੰਤ ਇਸ ਦੇ ਡਿਓਰ ਜੇਟ ਦੇ ਜ਼ੀਮਾ ਲੈਂਦੇ ਬੀਸ਼ਨ ਘਰ ਵਾਪਸ ਮੁੜੀ ਤੇ ਘਰ ਜਾ ਕੇ ਸੁਆਮੀ ਦੇ ਚਰਣਾ ਤੇ ਸਿਰ ਰਕਿਆ ਤੇ ਮੱਥਾ ਟੇਕਿਆ ਸਤਿਗੁਰਾਂ ਦੀ ਮਿਹਰ ਨਾਲ ਸਾਰਿਆਂ ਦੀ लाज ਰਹਿ ਗਈ ਮੀਹਾ ਸਿੰਘ ਸਾਗੂ ਪ੍ਰਤਾਪ ਸਿੰਘ ਜੀ ਦੇ ਚਰਣਾਵਲ ਧਿਆਨ ਘਰ ਨਮਸਕਾਰ ਕੀਤੀ ਘਰ ਘਰ ਚਰਚਾ ਚੱਲ ਬਈ ਕਿ ਮੀਹਾ ਸਿੰਘ ਅੱਜ ਦੇ ਜਮਾਨੇ ਵਿੱਚ ਕਬੀਰ ਨੂੰ maat ਬਾ ਦਿੱਤੀ ਹੈ ਸਾਰੀਆਂ ਕੀ ਤਾਲ ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਤਾਲ ਸੀ ਸਤਿਗੁਰੂ ਜਗਜੀਤ ਸਿੰਘ ਜੀ